ਭਾਈ ਨੂੰ ਕਾਤੋਂ ਬੁਲਾਇਆ ਹੋਇਆ? ਵਧੀਆ ਹੋਇਆ ਪੁੱਤ ਬੁਲਾ ਲਿਆ, ਨਹੀਂ ਉਦਣਾ ਜੱਤੜ ਜੀ ਨੇ ਹੱਥ ਹੀ ਖੋਲਿਆ ਸੀ। ਅੱਜ ਇੰਜਣ ਖੋਲਣਾ ਸੀ ਪੁੱਤ ਸਾਰਿਆਂ ਦਾ। ਨਾ ਤੈਨੂੰ ਪਤਾ ਨਹੀਂ ਹੋਏ ਕਿ ਤੈਨੂੰ ਪ੍ਰਧਾਨਗੀ ਬਾਈ ਕਰਕੇ ਮਿਲੀ ਆ? ਬਾਈ ਜੀ ਪਤਾ, ਮੈਂ ਤਾਂ ਸੁਰਜੀਤ ਬਾਈ ਦੀ ਬਹੁਤ ਇੱਜ਼ਤ ਕਰਦਾ। ਇੱਜ਼ਤ ਚ ਕਰਦਾ? ਚੁੱਪ। ਜਦ ਤੁਹਾਨੂੰ ਪਤਾ ਵੀ ਸਮਝਦਾਰ ਬੰਦਾ ਕਾਲਜ ਚ ਬੈਠਾ ਮੈਂ। ਹੈਂ, 35 ਕਿੰਨੇ? 35 ਦੁਬਾਰੇ ਬੋਲੋ। 35 35 ਫੈਸਲਾ ਕਰਾ ਚੁੱਕਿਆ ਹੁਣ ਤੱਕ ਮੈਂ। 36 ਮੈਂ ਆਏ ਆ। ਜੱਲੇ ਥੋੜਾ ਜਿਹਾ ਕੰਮ ਘਟਾ ਲਾ। ਬਾਈ ਜੀ ਸਾਨੂੰ ਨਹੀਂ ਸੀ ਪਤਾ ਜੀ ਤੁਹਾਡਾ ਭਰਾ ਹੈ ਜੀ ਇਹ। ਸਾਰੇ ਹੀ ਭਰਾ ਹੋ ਤੁਸੀਂ? ਆ ਜਾ ਛੋਟੇ ਵੀਰੇ ਤੇਰਾ। ਤਾਂ ਹੀ ਬੜਾ ਭਰਾ ਹੋਣ ਦੇ ਨਾਤੇ ਸਮਝਾਉਣਾ ਵੀ ਮਾਂ ਪਿਓ ਨਿਆਣਿਆਂ ਨੂੰ ਬਹੁਤ ਆਸ ਉਮੀਦਾਂ ਨਾਲ ਪੜ੍ਹਨ ਭੇਜਦੇ ਆ, ਆਪਣੀਆਂ ਮੁੱਢਲੀਆਂ ਲੋੜਾਂ ਨੂੰ ਪਾਸੇ ਰੱਖ ਕੇ ਤੁਹਾਡੀਆਂ ਬੇਲੋੜੀਆਂ ਮੰਗਾਂ ਪੂਰੀਆਂ ਕਰਦੇ ਆ। ਇਹ ਹੁਣ ਤੁਸੀਂ ਸੋਚ ਲਓ ਕੀ ਉਹਨਾਂ ਨਾਲ ਇਨਸਾਫ ਕਰਦੇ ਹੋ? ਉਰੇ ਆਓ। ਆ ਜਾ ਹੁਣ ਰਲ ਮਿਲ ਕੇ ਰਹਿਣਾ, ਲੜਨਾ ਨਹੀਂ, ਠੀਕ ਆ? ਚੱਲ ਜੱਫੀ ਪਾ। ਉਹ ਚੱਲ ਪਾ। ਸ਼ਾਬਾਸ਼ ਸ਼ਾਬਾਸ਼। ਉਹ ਆ ਜਾ ਚੱਲੀਏ। ਉਹ ਬਹਿ ਜਾ ਕੇ ਹੋਰ ਖਾਣੀਆਂ ਜਾ। ਭਾਈ ਆਪਣੇ ਬੰਦੇ ਆ, ਭੜਕਾ ਤਾ 2 ਮਿੰਟ ਚ ਉਹ ਤਾਂ ਨਾਲ ਦੇ ਭੱਜ ਗਿਆ ਬਾਈ ਮੇਰੇ, ਮੈਂ ਨੀ ਡਰਿਆ। ਮੈਂ ਪਰਵਾਹ ਨੀ ਕੀਤੀ ਬਾਈ। ਹਾਂ ਹਾਂ ਚੜਾਈ ਤਾਂ ਪੂਰੀ ਆ।